ਹਾਂਜੀ एवरीवन ਅੱਜ ਜੋ ਆਪਣਾ ਟੌਪਿਕ ਹੈ ਉਹ ਹੈ ਵਿਧੀਆਂ ਜਿਹੜੀਆਂ ਹੈਗੀਆਂ ਉਦੇਸ਼ਾਂ ਦੇ ਨਾਲ ਰਿਲੇਟਡ ਉਹਨਾਂ ਬਾਰੇ ਅੱਜ ਆਪਾਂ ਪੜਾਂਗੇ ਤੇ ਉਹਦੀਆਂ ਕਮੀਆਂ ਉਹਦੇ ਲਾਭ ਉਦੇਸ਼ਾਂ ਦੇ ਪਹਿਲਾਂ ਹੀ ਆਪਾਂ ਕਰ ਚੁੱਕੇ ਹਾਂ ਠੀਕ ਹੈ ਅਕਾਦਮਿਕ ਸਿੱਖਣ ਦੇ ਵਿੱਚ ਜਿਹੜੇ ਉਦੇਸ਼ ਕੀ ਹੈ ਉਹਨਾਂ ਦੀਆਂ ਕਮੀਆਂ ਕੀ ਹੈ ਉਹਨਾਂ ਦੇ ਲਾਭ ਕੀ ਹੈ ਅੱਜ ਆਪਾਂ ਕਰਾਂਗੇ ਵਿਧੀਆਂ ਕਿਹਨੇ ਕਿਹਨੇ ਕੀ ਕੀ ਪ੍ਰਸਤਾਵਿਤ ਤੇ ਕੀ ਕੀ ਵਿਧੀਆਂ ਦਿੱਤੀਆਂ ਇਹ ਕਾਫੀ ਇੰਪੋਰਟੈਂਟ ਵੀ ਹੈ ਇਨਨ ਨੂੰ ਆਪਾ ਦੇਖ ਲੈਨੇ ਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਇਸ ਤੋਂ ਪਹਿਲਾਂ ਤੇ ਇੱਕ ਪਲੀਜ਼ ਜਦੋਂ ਤੁਸੀਂ ਇਸ ਨੂੰ ਕਲਿੱਕ ਕਰ ਹੀ ਲਿਆ ਤਾਂ ਪੂਰਾ ਵੀ ਜ਼ਰੂਰ ਦੇਖਿਆ ਕਰੋ 5-7 ਮਿੰਟ ਕੱਢਣੇ ਕੋਈ ਵੱਡੀ ਗੱਲ ਨਹੀਂ ਇਹਦੇ ਨਾਲ ਤੁਹਾਡਾ ਜਿਹੜਾ ਚੈਪਟਰ ਆ ਬਹੁਤ ਸਾਰੇ ਵੀਡੀਓਜ਼ ਦੇਖਣ ਦੇ ਨਾਲ ਹੀ ਕਲੀਅਰ ਹੋ ਜਾਣਗੇ ਤੁਹਾਨੂੰ ਬੁੱਕ ਚੱਕਣ ਦੀ ਵੀ ਜ਼ਰੂਰਤ ਨਹੀਂ ਪਵੇਗੀ ਚਲੋ ਸ਼ੁਰੂ ਕਰਦੇ ਆ ਰੋਬਰਟ ਮੇਗਰ ਅਪਰੋਚ ਸਭ ਤੋਂ ਪਹਿਲਾਂ ਜਿਹੜੀ ਹੈ ਠੀਕ ਹੈ ਇੱਕ ਬਹੁਤ ਵਧੀਆ ਵਿਕਸਿਤ ਅਤੇ ਪ੍ਰਭਾਵਸ਼ਾਲੀ ਉਦੇਸ਼ ਲਿਖਣ ਦੀ ਵਿਧੀ ਰੋਬਰਟ ਮੇਗਰ ਪ੍ਰਸਤਾਵ ਹੈ 1962 ਵਿੱਚ ਮੇਗਰ ਨੇ ਵਿਦਿਅਕ ਡਿਜ਼ਾਈਨ ਲਈ ਇੱਕ ਨਵੀਂ ਪ੍ਰਸਤਾਵ ਅਪਣਾਈ ਜਿਸ ਵਿੱਚ ਉਦੇਸ਼ ਸਥਾਪਿਤ ਕਰਨਾ ਸ਼ਾਮਿਲ ਹੈ ਉਦੇਸ਼ਾਂ ਨੂੰ ਜਿਹੜਾ ਸਥਾਪਿਤ ਕਰਨ ਕਰਨ ਲਈ ਇੱਕ ਤੀ ਬਣਾਈ ਉਸਨੇ ਰੋਬਰਟ ਮੇਗਰ ਪ੍ਰਸਤਾਵ ਦੀ ਜਿਹੜੀ ਇੱਕ ਉਹਨੇ ਉਦੇਸ਼ ਸਥਾਪਿਤ ਕਰਨਾ ਸ਼ਾਮਿਲ ਕੀਤਾ ਇਹ ਇਹਦੇ ਵਿੱਚ ਕੁਝ ਨੇ ਡਿਜ਼ਾਈਨ ਵਗੈਰਾ ਤਿਆਰ ਕਰਕੇ ਆਪਣੀ ਇੱਕ ਅਪਰੋਚ ਬਣਾਈ ਠੀਕ ਹੈ ਮੇਕਰ ਅਤੇ ਉਸਦੇ ਅਨੁਆਇਆਂ ਅਨੁਸਾਰ ਵਿਵਹਾਰਿਕ ਉਦੇਸ਼ ਬਹੁਤ ਸਾਫ਼-ਸਾਫ਼ ਲਿਖੇ ਹੋਣੇ ਚਾਹੀਦੇ ਹਨ ਉਹ ਹਰ ਪੱਖੋਂ ਸ਼ੰਕਾ ਰਹਿਤ ਹੋਣੇ ਚਾਹੀਦੇ ਹਨ ਤਾਂ ਜੋ ਹਰ ਅਧਿਆਪਕ ਅਤੇ ਵਿਦਿਆਰਥੀ ਬਿਨਾਂ ਕਿਸੇ ਵਿਆਖਿਆ ਦੇ ਇਹਨਾਂ ਨੂੰ ਸਮਝ ਸਕੇ ਅਤੇ ਇਸ ਵਿੱਚ ਹੇਠ ਲਿਖੇ ਮੁੱਢਲੇ ਤੱਤ ਸ਼ਾਮਿਲ ਹੋਣੇ ਚਾਹੀਦੇ ਹਨ ਰੋਬਰਟ ਦੇ ਅਨੁਸਾਰ ਜਿਹੜੇ ਉਦੇਸ਼ ਆ ਉਹ ਸਾਫ ਸਾਫ ਹੋਣੇ ਚਾਹੀਦੇ ਆ ਤੇ ਜ਼ਿਆਦਾ ਵਿਆਖਿਆ ਕਰਨ ਦੀ ਇਹਨਾਂ ਦੀ ਲੋੜ ਨਹੀਂ ਹੋਣੀ ਚਾਹੀਦੀ ਇਹ ਆਪਣੇ ਆਪ ਸਮਝ ਆ ਜਾਣੇ ਚਾਹੀਦੇ ਆ ਇੰਨੇ ਆਸਾਨ ਇਹ ਹੋਣੇ ਚਾਹੀਦੇ ਆ ਠੀਕ ਹੈ ਅੱਗੇ ਹੈ ਕਿਹੜੇ ਕਿਹੜੇ ਦੇ ਵਿੱਚ ਤੱਤ ਸ਼ਾਮਲ ਹੋਣੇ ਚਾਹੀਦੇ ਆ ਇਹ ਕਥਨ ਹੋਵੇ ਕਿ ਸਿੱਖਣ ਦੇ ਉਪਰੰਤ ਵਿਦਿਆਰਥੀ ਕੀ ਕਰਨ ਦੇ ਯੋਗ ਹੋਣੇ ਚਾਹੀਦੇ ਹਨ ਅੱਗੇ ਹੈ ਇਹ ਕਥਨ ਹੋਣਾ ਚਾਹੀਦਾ ਹੈ ਕਿ ਕਿੰਨਾ ਹਾਲਾਤਾਂ ਜਾਂ ਪਾਬੰਦੀਆਂ ਅੰਦਰ ਇਹ ਵਿਵਹਾਰ ਪ੍ਰਗਟ ਹੋਣਾ ਹੈ ਪ੍ਰਦਰਸ਼ਨ ਦੇ ਘੱਟੋ-ਘੱਟ ਪੱਧਰ 'ਤੇ ਸਾਫ ਸੰਕੇਤ ਹੋਣਾ ਚਾਹੀਦਾ ਹੈ ਜਿਸ ਨੂੰ ਪ੍ਰਵਾਨਯੋਗ ਸਮਝਿਆ ਜਾਂਦਾ ਹੈ ਮੇਗਰ ਦੇ ਉਦੇਸ਼ ਸੁਧਾਰਨ ਤੇ ਵਿਵਹਾਰਨ స్వੰਦਤ ਹਨ ਉਹਨਾਂ ਨੇ ਸੁਧਾਰਨ ਤੌਰ ਤੇ ਜਿਹੜੇ ਹੈਗੇ ਆ ਕੀ ਵਿਵਹਾਰ ਨਾਲ ਉਹਨਾਂ ਦਾ ਸੰਬੰਧ ਆ ਉਦੇਸ਼ਾਂ ਦਾ ਇਹਦੇ ਵਿੱਚ ਦੱਸਿਆ ਮੇਗਰ ਰੋਬਰਟ ਮੇਗਰ ਅਪਰੋਚ ਜੇ ਤੁਹਾਨੂੰ ਆਉਂਦਾ ਤਾਂ ਤੁਸੀਂ ਇਹਦੇ ਵਿੱਚ ਇਹੀ ਲਿਖੋਗੇ ਕਿ ਵਿਵਹਾਰ ਨਾਲ ਸੰਬੰਧਤ ਜਿਹੜੇ ਆ ਉਦੇਸ਼ਾਂ ਦਾ ਉਹਨਾਂ ਨੇ ਵਰਣਨ ਕੀਤਾ ਤੇ ਉਹਨਾਂ ਨੇ ਕੀ ਦੱਸਿਆ ਕਿ ਉਦੇਸ਼ ਕਿਹੋ ਜਿਹੇ ਹੋਣੇ ਚਾਹੀਦੇ ਆ ਆਪਾਂ ਇਹ ਲਿਖਾਂਗੇ ਇਹਦੇ ਵਿੱਚ ਠੀਕ ਆ ਅੱਗੇ ਨਾਰਮਨ ਗਰਾਂਡਲ ਲੜ ਪ੍ਰਸਤਾਵ ਇਹਦੇ ਵਿੱਚ ਹੁਣ ਕੀ ਦੱਸਿਆਉਣੇ ਨੇ ਉਹ ਦੇਖ ਲੈਣੇ ਆਪਾਂ ਨਾਰਮਨ ਗਰਾਂਡਲ ਨੇ ਇੱਕ ਅਲੱਗ ਵਿਧੀ ਜਾਂ ਪ੍ਰਸਤਾਵ ਦੱਸੀ ਹੈ ਜੋ ਅਕਸਰ ਬਾਉਦਿਕ ਉਦੇਸ਼ ਲਿਖਣ ਲਈ ਵਰਤੀ ਜਾਂਦੀ ਹੈ ਇਹ ਕਿਹੜੇ ਉਦੇਸ਼ਾਂ ਲਈ ਵਰਤੀ ਜਾਂਦੀ ਹੈ ਬਾਉਦਿਕ ਉਦੇਸ਼ਾਂ ਲਈ ਉਸਦੇ ਪ੍ਰਸਤਾਵ ਦਾ ਮੁੱਖ ਸਿਧਾਂਤ ਇਹ ਹੈ ਕਿ ਪਹਿਲਾਂ ਆਮ ਮੱਦਾਂ ਵਿੱਚ ਉਦੇਸ਼ਾਂ ਨੂੰ ਲਿਖੋ ਜਾਂ ਬਿਆਨ ਕਰੋ ਅਤੇ ਖਾਸ ਨਤੀਜਿਆਂ ਦੀ ਪਛਾਣ ਕਰੋ ਤਾਂ ਜੋ ਉਦੇਸ਼ਾਂ ਨੂੰ ਉਸ ਵਿਵਹਾਰ ਦੇ ਰੂਪ ਵਿੱਚ ਪ੍ਰਵਾਸ਼ਿਤ ਕੀਤਾ ਜਾਵੇ ਜੋ ਅਸੀਂ ਵਿਦਿਆਰਥੀਆਂ ਤੋਂ ਕੋਰਸ ਦੇ ਅੰਤ ਵਿੱਚ ਉਮੀਦ ਰੱਖਦੇ ਹਾਂ ਨਾਰਮਲ ਅਨੁਸਾਰ ਧਿਆਨ ਸਿੱਖਣ ਤੇ ਉਹਨਾਂ ਦੇ ਨਤੀਜਿਆਂ ਤੇ ਹੋਣਾ ਚਾਹੀਦਾ ਹੈ ਜੋ ਵਿਦਿਆਰਥੀ ਪ੍ਰਾਪਤ ਕਰਦੇ ਹਨ ਉਦੇਸ਼ਾਂ ਦਾ ਧਿਆਨ ਵਿਦਿਆਰਥੀ ਅਤੇ ਉਸ ਕਿਸਮ ਦੇ ਵਿਵਹਾਰ ਵੱਲ ਨਿਰਦੇਸ਼ਿਤ ਕਰਨਾ ਚਾਹੀਦਾ ਹੈ ਜੋ ਸਿੱਖਣ ਅਨੁਸਾਰ ਦੇ ਨਤੀਜੇ ਵਜੋਂ ਪ੍ਰਦਰਸ਼ਿਤ ਹੋਣ ਦੀ ਉਮੀਦ ਕਰਦੇ ਹਨ ਸਾਡਾ ਧਿਆਨ ਅਧਿਆਪਕ ਤੋਂ ਵਿਦਿਆਰਥੀ ਉੱਪਰ ਅਤੇ ਸਿੱਖਣ ਪ੍ਰਕਿਰਿਆ ਤੋਂ ਸਿੱਖਣ ਨਤੀਜਿਆਂ ਉੱਪਰ ਕੇਂਦ੍ਰਿਤ ਹੁੰਦਾ ਹੈ ਗ੍ਰਾਂਨਲੈਂਡ ਵਿਸ਼ਵਾਸ ਕਰਦਾ ਹੈ ਕਿ ਜਦੋਂ ਉਦੇਸ਼ ਲਿਖਿਆ ਜਾਂਦਾ ਹੈ ਤਾਂ ਅਧਿਆਪਕ ਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਦੇਸ਼ ਵਿਦਿਆਰਥੀ ਨੂੰ ਦਿਸ਼ਾ ਪ੍ਰਦਾਨ ਕਰਦੇ ਹਨ ਉਦੇਸ਼ ਵਿਦਿਆਰਥੀ ਦਿਆਂ ਸਿੱਖਣ ਕਿਰਿਆਵਾਂ ਨੂੰ ਅਗਵਾਈ ਦਾ ਕੰਮ ਕਰਦੇ ਹਨ ਅਤੇ ਉਹਨਾਂ ਨੂੰ ਦੱਸੇ ਜਾਂ ਜਾ ਸਕਦੇ ਹਨ ਉਦੇਸ਼ ਵਿਦਿਆਰਥੀਆਂ ਦੇ ਵਿਵਹਾਰ ਦੀਆਂ ਸੀਮਾਵਾਂ ਬਾਰੇ ਕਥਨ ਕਰਦੇ ਹਨ ਕਰਨੇ ਚਾਹੀਦੇ ਹਨ ਨਾ ਕਿ ਅਧਿਆਪਕ ਦੇ ਵਿਵਹਾਰ ਬਾਰੇ ਇਹਦੇ ਵਿੱਚੋਂ ਕੀ ਪਤਾ ਲੱਗਣਾ ਚਾਹੀਦਾ ਵਿਦਿਆਰਥੀ ਦੇ ਵਿਵਹਾਰ ਦੀਆਂ ਸੀਮਾਵਾਂ ਦੇ ਕਥਨ ਹੋਣੇ ਚਾਹੀਦੇ ਨਾ ਕਿ ਅਧਿਆਪਕ ਦੇ ਇੱਕ ਉਦੇਸ਼ ਨੂੰ ਸਿਰਫ ਇੱਕ ਤਰ੍ਹਾਂ ਦੇ ਸਿੱਖਣ ਨਤੀਜੇ ਬਾਰੇ ਹੀ ਦੱਸਣਾ ਚਾਹੀਦਾ ਹੈ ਬਹੁਤ ਵਾਰ ਬਹੁਤਿਆਂ ਬਾਰੇ ਨਹੀਂ ਇੱਕ ਉਦੇਸ਼ ਤੋਂ ਇੱਕ ਨਤੀਜਾ ਇੱਕ ਸਿੱਖਣ ਨਤੀਜੇ ਮਿਲਣਾ ਚਾਹੀਦਾ ਬਹੁਤੇ ਨਹੀਂ ਠੀਕ ਹੈ ਇਹ ਸੀਗਾ ਜਿਹੜਾ ਨਾਰਮਨ ਗ੍ਰਾਂਡਲ ਨੇ ਕੀ ਕਿਹਾ ਉਦੇਸ਼ਾਂ ਦੇ ਬਾਰੇ ਵਿੱਚ ਇਹ ਆਪਾਂ ਪੜਿਆ ਠੀਕ ਹੈ ਤੇ ਅੱਗੇ ਹੈ ਕਨੀਰਕ ਅਤੇ ਗਸਟਾਫਸਨ ਦੀ ਏਬੀਸੀਡੀ ਵਿਧੀ ਏਬੀਸੀਡੀ ਵਿਧੀ ਕੀ ਹੈ ਉਹ ਵੀ ਆਪਾਂ ਦੇਖ ਲੈਨੇ ਆਂ ਇਹ ਕਰਦੀ ਆ ਜਦ ਚਾਹ ਬੁੱਕਰ ਕੱਢਦੇ ਕੱਢਦੀ ਆ ਨਾ ਏਬੀਸੀਡੀ ਵਿਧੀ ਮੇਗਰ ਦੇ ਤਿੰਨ ਹਿੱਸਿਆਂ ਵਾਲੀ ਪ੍ਰਣਾਲੀ ਨਾਲੋਂ ਜ਼ਿਆਦਾ ਵੱਖਰੀ ਨਹੀਂ ਰੱਖਦੀ ਜਿਹੜੀ ਆਪਾਂ ਮੇਗਰ ਦੀ ਪ੍ਰਣਾਲੀ ਪੜ੍ਹੀ ਸੀ ਕਿ ਜਿਹਦੇ ਵਿੱਚ ਵਿਵਹਾਰ ਨੂੰ ਸ਼ਾਮਿਲ ਕੀਤਾ ਗਿਆ ਤੇ ਠੀਕ ਆ ਉਦੇਸ਼ ਸਾਫ਼-ਸਾਫ਼ ਲਿਖੇ ਹੋਣੇ ਚਾਹੀਦੇ ਆ ਇਸ ਤਰ੍ਹਾਂ ਪੜਿਆ ਸੀ ਨਾ ਕਿ ਸਰਲ ਤੇ ਆਸਾਨ ਹੋਣੀ ਚਾਹੀਦੀ ਆ ਉਸ ਦੇ ਤਰ੍ਹਾਂ ਹੀ ABCD ਵਿਧੀ ਵੀ ਇੱਕ ABCD ਉਦੇਸ਼ ਵਿੱਚ ਤਿੰਨ ਹਿੱਸਿਆਂ ਵਾਲੇ ਉਦੇਸ਼ ਦੇ ਸਾਰੇ ਤੱਤ ਸ਼ਾਮਿਲ ਹਨ ਅਵਸਥਾ ਵਿਵਹਾਰ ਮਾਪ ਦੰਡ ਠੀਕ ਹੈ ਉਹਦੇ ਵਿੱਚ ਵੀ ਵਿਵਹਾਰ ਦੀ ਗੱਲ ਕੀਤੀ ਗਈ ਸੀ ਮੇਗਰ ਦੀ ਪ੍ਰਣਾਲੀ ਦੇ ਵਿੱਚ ਮੇਗਰ ਨੇ ਜਿਹੜਾ ਪ੍ਰਸਤਾਵ ਰੱਖਿਆ ABCD ਵਿਧੀ ਉਦੇਸ਼ ਵਿੱਚ ਸਰੋਤਾ ਗਣ ਸ਼ਾਮਿਲ ਕੀਤਾ ਗਿਆ ਹੈ ABCD ਵਿਧੀ ਤਿੰਨ ਹਿੱਸਿਆਂ ਵਾਲੀ ਪ੍ਰਣਾਲੀ ਨਾਲ ਬਹੁਤ ਜ਼ਿਆਦਾ ਮੇਲ ਖਾਂਦੀ ਹੈ ਅਤੇ ਲਗਭਗ ਸਭ ਕੁਝ ਇੱਕੋ ਜਿਹਾ ਹੈ ਠੀਕ ਹੈ ਦੋਵੇਂ ਵਿਧੀਆਂ ਮਾਪਦੰਡ ਦੋਵੇਂ ਵਿਧੀਆਂ ਮਾਪਦੰਡ ਅਤੇ ਪ੍ਰਮਾਨ ਪ੍ਰਮਾਣਿਕरण ਟ੍ਰੇਨਿੰਗ ਲਈ ਸਭ ਤੋਂ ਉੱਤਮ ਹਨ ਦੋਵੇਂ ਵਿਧੀਆਂ ਟੈਸਟ ਤਿਆਰ ਕਰਨ ਲਈ ਨਾਲ-ਨਾਲ ਕੰਮ ਕਰਦੀਆਂ ਹਨ ਦੋਵਾਂ ਵਿਧੀਆਂ ਉੱਪਰ ਸਮਾਂ ਬਹੁਤ ਖਰਚ ਹੁੰਦਾ ਹੈ ਅਤੇ ਤਿਆਰ ਕਰਤਾ ਲਈ ਇਹ ਅਸਲ ਵਿੱਚ ਪ੍ਰਤੀਵੰਧਕ ਹੋ ਸਕਦੀ ਹੈ ਸਰੋਤਾਂਗਣ ਤੱਤ ਨੂੰ ਸ਼ਾਮਲ ਕਰਨ ਨਾਲ ਇਹ ਵਿਧੀ ਉਦੇਸ਼ਾਂ ਨੂੰ ਲਿਖਣ ਲਈ ਬਹੁਤ ਸਹਾਇਕ ਬਣ ਜਾਂਦੀ ਹੈ ਜਦ ਟ੍ਰੇਨਿੰਗ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਬਹੁਤੇ ਸਰੋਤਾਂ ਵਾਲੇ ਅਲੱਗ-ਅਲੱਗ ਨਤੀਜੇ ਰੱਖੇ ਠੀਕ ਹੈ ਇਹਦੇ ਵਿੱਚ ਕੀ ਹੈ ਏ ਬੀ ਸੀ ਡੀ ਵਿਧੀ ਦੇ ਵਿੱਚ ਵੀ ਇਹੀ ਹੁੰਦਾ ਕਿ ਇਸ ਨੂੰ ਇੱਕ ਸਮਾਂ ਦੇ ਕੇ ਤਿਆਰ ਕੀਤਾ ਜਾਂਦਾ ਹੈ ਉਦੇਸ਼ ਹੁੰਦੇ ਆ ਜਿਹੜੇ ਹੋਮ ਚੰਗੀ ਤਰ੍ਹਾਂ ਤਿਆਰ ਕੀਤੇ ਜਾਂਦੇ ਆ ਠੀਕ ਹੈ ਤੇ ਜਿਹੜੀ ਸਮੱਗਰੀ ਨੂੰ ਡਿਜ਼ਾਈਨ ਕੀਤਾ ਜਾਂਦਾ ਉਸ ਦੇ ਨਤੀਜੇ ਅਲੱਗ-ਅਲੱਗ ਹੁੰਦੇ ਆ ਉਮੀਦ ਹੈ ਤੁਹਾਨੂੰ ਇਹ ਵਿਧੀਆਂ ਦੀ ਸਮਝ ਆ ਚੁੱਕੀ ਹੋਵੇਗੀ ਕਿ ਉਦੇਸ਼ਾਂ ਬਾਰੇ ਇਹਨਾਂ ਨੇ ਕੀ ਕੀ ਆਪਣੇ ਵਿਚਾਰ ਦਿੱਤੇ ਆ ਜਿਹੜੀਆਂ ਅੱਜ ਆਪਾਂ ਤਿੰਨ ਅੱਜ ਵਿਧੀਆਂ ਪੜ੍ਹੀਆਂ ਨੇ ਇਹਦੇ ਵਿੱਚ ਕੀ ਕੀ ਕਿਹਾ ਗਿਆ ਉਦੇਸ਼ਾਂ ਬਾਰੇ ਕਿ ਉਦੇਸ਼ ਕਿਹੋ ਜਿਹੇ ਹੋਣੇ ਚਾਹੀਦੇ ਆ ਪਤਾ ਲੱਗ ਚੁੱਕਿਆ ਹੋਵੇਗਾ ਠੀਕ ਹੈ ਅਗਲੀ ਵੀਡੀਓ ਦੇ ਵਿੱਚ ਫਿਰ ਮਿਲਾਂਗੇ ਇੱਕ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇਖਦੇ ਰਹੋ ਇਸ ਚੈਨਲ ਨੂੰ ਬਾਰ ਬਾਰ ਰਿਪੀਟ ਕਰਕੇ ਵੀਡੀਓਜ਼ ਦੇਖੋ ਤਾਂ ਕਿ ਤੁਹਾਡੀ ਪ੍ਰੈਕਟਿਸ ਹੋਰ ਵਧੀਆ ਹੋ ਸਕੇ Thank you.